ਵੀਰ ਆਪਣਾ ਭਰਦਾ ਢਿੱਡ ਤੇ ਸਾਈਡ ਤੇ ਦੂਜੇ ਮਰ ਜਾਣ ਗਰੀਬ ਭੁੱਖੇ ਸਾਰੇ ਉਹਨਾਂ ਨਾਲ ਉਹਨਾਂ ਨੂੰ ਕੋਈ ਨਹੀਂ चार साल ते नौ माह गैब रहिंदे ने सुनो जिस टाइम वोटां दा दरमियान वक्त आ जांदा उस टाइम घर घर गली गली यही साडी टोटल साडी पाकिस्तान दी तरक्की आफ ही है मुल्क दा साडे दा तरक्की आफ यही है कि चार साल नौ महीने गैब रहना ढाई महीने दे इलेक्शनां च आवाम दे सामने आना ओहो ही साडी आवाम ते ओहो जे साडे हुक्मरान असीं ओही उम्मीदां ओही उम्मीदां साडीआं पुराणीआं जिवें नाला हैगा क्योंकि नाला है ते जद तक किसे भी ਸਾਡੀ ਹੁਣ ਗਵਰਨਮੈਂਟ ਬੈਠੀ ਹੋਈ ਨੇ ਜਦ ਤੱਕ ਜਿਸ ਦੇ ਕੋਲੇ ਬਜਟ ਨਹੀਂ ਨਾ ਹੈ ਉਹ ਗਵਰਨਮੈਂਟ ਲਾਉਣਾ ਸਾਡੀ ਬਜਟ ਚੋਂ ਕੱਢ ਨਹੀਂ ਪਾਏ ਬਜਟ ਹੁੰਦੇ ਨੇ ਲੇਕਿਨ ਉਹ ਸਰਕਾਰੀ ਆਪਣੇ ਘਰਾਂ ਵਾਸਤੇ ਆਪਣੇ ਘਰਾਂ ਵਾਸਤੇ ਆਪਣੀਆਂ ਘਰਾਂ ਵਾਸਤੇ ਡਾਕਟਰ ਸਾਹਿਬ ਸੁਣੋ ਆਪਣੀਆਂ ਫੈਕਟਰੀਆਂ ਵਾਸਤੇ ਆਪਣੇ ਬੱਚਿਆਂ ਨੂੰ ਬਾਹਰ ਬੈਰੂਨੇ ਮੁਲਕ ਚ ਪੜਾਉਣ ਵਾਸਤੇ ਅਗਰ ਆਪਣੀਆਂ ਯੈਸ਼ੀਆਂ ਫਾਰਮ ਹਾਊਸ ਬਣਾਉਣ ਵਾਸਤੇ ਇਹਨਾਂ ਵੱਡੇ ਅਮੀਰ ਲੋਕਾਂ ਕੋਲੇ ਸਾਡੀ ਗਵਰਨਮੈਂਟ ਵਾਸਤੇ ਇਸ ਚੀਜ਼ ਲਈ ਪੈਸੇ ਹੈ ਸਾਡੀ ਅਗਰ ਗਵਰਨਮੈਂਟ ਕਹਿ ਦੇਵੇ ਕਿ ਇਸ इलाके ਦੇ ਵਿੱਚ ਜਾਂ ਕਿਸੇ ਚੀਜ਼ ਦੀ ਸਹੂਲਤ ਮਯਸਰ ਹੈਗੀ ਇਸ ਟਾਈਮ ਸਾਡੇ ਇਸ ਆਬਾਦੀ ਨੂੰ ਕਬਰਸਤਾਨ ਸਰਕਾਰੀ ਕੋਈ ਨਹੀਂ ਅਗਲੀ ਗੱਲ ਜੀ ਕਬਰਸਤਾਨ ਕੋਈ ਨਹੀਂਗਾ ਕਬਰਸਤਾਨ ਹੈ ਫੁੱਲ ਹੋਏ ਪਏ ਨੇ ਜੀ ਤੇ ਫਿਰ ਕਿੱਥੇ ਜਾਂਦੇ ਹੋ ਬਸ ਜੀ ਹੁਣ ਜੇ ਦੋ ਚੰਦ ਦਿਨ ਪਹਿਲੇ ਮੈਂ ਗਿਆ ਜੀ ਹਾਜੀ ਸਾਹਿਬ ਮੇਰੇ ਨਾਲ ਟਾਈਮ ਦਾ ਤੇ ਪਤਾ ਨਹੀਂ ਰਹੇਗਾ ਕੋਣ ਭਾਜੀ ਬਹੁਤ ਹੋ ਜਾ ਪਹਿਲਾਂ 30 ਬੰਦਿਆਂ ਨੇ ਪੁੱਛ ਕੇ ਫਿਰ ਕਬਰ ਕੱਢਣ ਦਿੰਦੇ ਉਂਝ ਕੋਈ ਕਬਰ ਨਹੀਂ ਕੱਢਦਾ ਹਾਜੀ ਸਾਹਿਬ ਕਬਰਸਤਾਨ ਸਨ ਜੀ ਮੈਂ ਕਿਹਾ ਯਾਰ ਕਿ ਹੈ ਤੇ ਉਹ ਵੀ ਇਨਸਾਨ ਹੈ ਰੱਬ ਦੀ ਬਣਾਈ ਹੋਈ ਚੀਜ਼ ਹੈ ਲੇਕਿਨ ਜਾਣਾ ਸਭ ਨੇ ਮਿੱਟੀ ਥੱਲੇ ਸਭ ਨੇ ਜਾਣਾ ਉਹਨੇ ਵੀ ਜਾਣਾ ਜਿੰਨੇ ਕਿਹਾ ਲੇਕਿਨ ਦੇਖੋ ਨਾ ਕਿ ਹੁਣ ਸਾਡੇ ਜਿਹੜੇ ਵੱਡੇ ਨੇ ਐਮਐਨਏ ਐਮਪੀਏ ਇਹਨਾਂ ਨੂੰ ਸਾਡੇ ਨੂੰ ਚਾਹੀਦਾ ਹੈ ਕਿ ਇੱਥੇ ਕੋਈ ਵਕਫ ਕਰਨ ਜਗ੍ਹਾ ਸਾਡੇ ਕਬਰਸਤਾਨ ਵਾਸਤੇ ਬਾਕੀ ਕਰਨ ਕੋਈ ਇਹਨਾਂ ਨੇ ਵੀ ਜਾਣਾ ਇੱਕ ਦਿਨ ਭਾਏ ਨੇ ਐਮਪੀਏ ਇਹਨਾਂ ਨੇ ਵੀ ਜਾਣਾ ਹੈ ਸਭ ਨੇ ਆਪਣੀਆਂ ਰੱਖੀਆਂ ਨੇ ਜਗ੍ਹਾ ਰੱਖੀਆਂ ਨੇ ਜਗ੍ਹਾ ਪੱਕੇ ਇੱਕ ਪਿੰਡ ਕਬਰਸਤਾਨ ਜੀ ਉਹਨਾਂ ਜਗ੍ਹਾ ਮੰਨੀਆਂ ਪਹਿਲੇ ਮੰਨੀਆਂ ਨੇ ਪਹਿਲੇ ਮੰਨੀਆਂ ਉਹ ਪਹਿਲੇ ਜੇ ਕੋਈ ਵੱਡਾ ਬੰਦਾ ਫੌਤ ਹੋ ਗਿਆ ਜੋ ਦੁਆ ਕਰੋ ਛੇਤੀ ਕਬਰਾਂ ਮਿਲੇ ਉਹਨਾਂ ਨੂੰ 10 ਕਦਮ ਦੁਆ ਕਰੋ ਆਮੀਨ ਆਮੀਨ ਜੀ ਆਮੀਨ ਆਮੀਨ ਨਿਕਲਿਆ ਮੂਹ ਤੁਹਾਡੇ ਮੂਹ ਨਹੀਂ ਨਿਕਲਿਆ ਉਂਝ ਆਮੀਨ ਭਾਈ ਨਿਕਲਿਆ ਹੈਲੋ